ਹਾਂਜੀ ਸਤਿ ਸ੍ਰੀ ਅਕਾਲ ਜੀ ਫੋਲਸ ਆਬ ਟਿਕ ਟਾਕ ਉਹ ਮੈਂ ਜਤਿੰਦਰ ਸਿੰਘ ਖਹਿਰਾ ਤੁਸੀਂ ਦੇਖਦੇ ਪਈ ਯੂਰਪ ਤੋਂ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਪਲੀਸ ਇਸ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਨਾ ਕਿਉਂਕਿ ਜੇ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਸਾਰੇ ਹੀ ਨੋਟੀਫਿਕੇਸ਼ਨ ਸਾਡੇ ਜਿੰਨੀਆਂ ਵੀ ਸਾਡੀਆਂ ਵੀਡੀਓ ਚੜਨਗੀਆਂ YouTube ਤੇ ਤੁਸੀਂ ਸਾਰੀਆਂ ਦੇਖ ਸਕਦੇ ਠੀਕ ਹੈ ਜੀ ਤੇ ਅੱਜ ਆਪਾਂ ਫਿਰ ਗੱਲ ਕਰਾਂਗੇ ਵਰਡ ਮੀਨਿੰਗ ਏ ਤੋਂ ਜਿਹੜੇ ਸਟਾਰਟ ਹੁੰਦੇ ਨੇ ਜਿਹੜੇ ਆਪਣੇ ਰਹਿੰਦੇ ਨੇ ਉਹਨਾਂ ਦੇ ਬਾਰੇ ਤੇ ਚਲੋ ਕਰਦੇ ਹਾਂ ਸਟਾਰਟ ਅਰੀ ਬਾਰੇ ਪੁੱਜਣਾ ਜਾਂ ਆਉਣਾ ਜਿੱਦਾਂ ਹੁਣ ਆਪਾਂ ਸਟੇਸ਼ਨ ਤੇ ਚਲੇ ਗਏ ਆ ਨਾ ਉੱਥੇ ਆਪਣੇ ਹੁੰਦਾ ਇੱਕ ਅਰੀਵਾਰੇ ਅਰੀਵਾ ਤੇ ਇੱਕ ਹੁੰਦਾ ਵਾ ਪ੍ਰਤੈਂਸਾ ਠੀਕ ਹੈ ਜੀ ਜਿੱਦਾਂ ਆਉਣ ਵਾਲੀਆਂ ਟ੍ਰੇਨਾਂ ਤੇ ਜਾਣ ਵਾਲੀਆਂ ਟ੍ਰੇਨਾਂ ਤੇ ਜਿੱਦਾਂ ਅਰੀਵਾਰੇ ਮਤਲਬ ਆਉਣਾ ਜਿੱਦਾਂ ਜਾਂ ਪੁੱਜਣਾ ਤੇ ਪ੍ਰਤੈਂਸਾ ਹੁੰਦਾ ਵਾ ਪਰ ਤੀਰੇ ਹੁੰਦਾ ਵਾ ਜਾਣਾ ਜਾਂ ਤੁਰਨਾ ਠੀਕ ਹੈ ਜੀ ਤੇ ਨੈਕਸਟ ਆ ਗਿਆ ਅਰੈਸਟ ਉਹ ਇਹ ਹੁੰਦਾ ਰੋਕਣਾ ਜਿੱਦਾਂ ਸਟਾਪ ਜਦੋਂ ਆਪਾਂ ਕੋਈ ਗੱਡੀ ਰੋਕਣੀ ਆ ਉੱਥੇ ਜਿੱਦਾਂ ਆਪਾਂ ਇਹੋ ਕਹਿਣਾ ਜਿੱਦਾਂ ਅਰੇਸtare ਰੋਕਣਾ ਅਰੇਸਤੋ ਮਤਲਬ ਹੁੰਦਾ ਰੋਕ ਠੀਕ ਹੈ ਸਟਾਪ ਅਰੋਸਤੋ ਅਰੋਸਤੋ ਜਿੱਦਾਂ ਆਪਾਂ ਪੁੰਨਣਾ ਜਿੱਦਾਂ ਕੋਈ ਮੀਟ ਰੋਸਟਡ ਨਹੀਂ ਕਰ ਦਿੰਦੇ ਆਪਾਂ ਉਹਨੂੰ ਕਹਿੰਦੇ ਨੇ ਅਰੋਸਤੋ ਅਰੋਸtare ਪੁੰਨਣਾ ਠੀਕ ਹੈ ਜੀ ਆਰਟੀਕੋਲੋ ਲੇਖ ਜਿੱਦਾਂ ਆਪਾਂ ਐਸੇ ਕਹਿੰਦੇ ਨੇ ਜਿਹਨੂੰ ਇੰਗਲਿਸ਼ ਦੇ ਵਿੱਚ ਲੇਖ ਆਰਟੀਕਲ ਜਾਂ ਕਹਿ ਸਕਦੇ ਆਪਾਂ ਨੈਕਸਟ ਆਗਾ ਜੀ ਆਰਤੇ ਜਿੱਦਾਂ ਆਰਟ ਕਲਾ ਆਰਟੀਸਟ ਕਲਾਕਾਰ ਅਸ਼ੂਗਾਰੇ ਆਸ਼ੂਗਾਰੇ ਸਕਾਉਣਾ ਆਸਕੋਲtare ਸੁਨਣਾ ਵੈਸੇ ਸੰਤੀਰੇ ਵੀ ਹੁੰਦਾ ਸੁਨਣਾ ਠੀਕ ਹੈ ਜੀ ਆਸਕੋਲtare ਜਿੱਦਾਂ ਆਪਾਂ ਕਿਸੇ ਨੂੰ ਕਹਿਣਾ ਮੇਰੀ ਗੱਲ ਨੂੰ ਸੁਨਣਾ ਤੁਸੀਂ ਜਿੱਦਾਂ ਉੱਥੇ ਆਪਾਂ ਕਹਿ ਸਕਦੇ ਜਾਂ ਆਪਾਂ ਕੋਈ ਜਿੱਦਾਂ ਵੀ ਸੋਨ ਦੋਵੇਂ ਸ਼ਬਦ ਜਿਹੜੇ ਆ ਇਹ ਚੱਲਦੇ ਆ ਸੰਤੀਰੇ ਹੁੰਦਾ ਵਾ ਕਿ ਜਿੱਦਾਂ ਮੈਂ ਕੋਈ ਆਵਾਜ਼ ਸੁਣੀ ਆ ਜਿੱਦਾਂ ਸੁਣੀ ਜਿੱਦਾਂ ਕੋਈ ਆਵਾਜ਼ ਤੇ ਅਸਕੁਲ ਤਾਰੇ ਹੁੰਦਾ ਜਿੱਦਾਂ ਕਿਸੇ ਨੂੰ ਮੈਂ ਜਿੱਦਾਂ ਕੋਈ ਚੀਜ਼ ਦੱਸਣੀ ਉਹਨੂੰ ਕਹਿਣਾ ਵੀ ਮੇਰੀ ਗੱਲ ਨੂੰ ਸੁਨਣਾ ਇਦਾਂ ਠੀਕ ਹੈ ਨੈਕਸਟ ਆ ਗਿਆ ਜੀ ਆਪਣਾ ਆਸੀ ਨੂੰ ਗਦਾ ਆਸਮਾ ਇਹ ਜਿੱਦਾਂ ਆਪਣਾ ਜਿਹੜਾ ਵਾ ਆਪਣੇ ਉਹ ਸਾਹ ਦੀ ਜਿਹੜੀ ਪ੍ਰੋਬਲਮ ਹੁੰਦੀ ਨਾ ਜਿੱਦਾਂ ਤੇ ਉਹਨੂੰ ਕਹਿੰਦੇ ਨੇ ਆਸਮਾਜ ਦਾ ਠੀਕ ਹੈ ਇੱਕ ਬਿਮਾਰੀ ਦਾ ਨਾਮ ਹੈ ਆਸਤਮਾ ਕਹਿ ਦਿੰਦੇ ਨੇ ਇੰਗਲਿਸ਼ ਦੇ ਵਿੱਚ ਆਸਪੈਟਾਰੇ ਵੇਟ ਕਰਨੀ ਤੇ ਅਤੰਦਰੇ ਵੀ ਹੁੰਦਾ ਵੈਸੇ ਠੀਕ ਹੈ ਨਾ ਉਡੀਕ ਕਰਨੀ ਜਿੱਦਾਂ ਬਟ ਆਸਪੈਟਾਰੇ ਜਿੱਦਾਂ ਮੈਂ ਕਿਸੇ ਦੀ ਵੇਟ ਕਰਦਾ ਪਿਆ ਜਿੱਦਾਂ ਤੋਂ ਉਦੋਂ ਆਪਾਂ ਕਹਣਾ ਕਿ ਮੈਂ ਇਸ ਤੋਂ ਹਸਪਤਾਲ ਦੁਆਤੇ ਕਿ ਮੈਂ ਤੈਨੂੰ ਉਡੀਕਦਾ ਪਿਆਵਾਂ ਤੇ ਅਤੰਦਰੇ ਹੁੰਦਾ ਜਦੋਂ ਆਪਾਂ ਕੋਈ ਸਰਜ ਕਰਦੇ ਤਾਂ ਉੱਥੇ ਆਉਂਦਾ ਹੁੰਦਾ ਵੀ ਵੇਟ ਕਰੋ ਇਹਦਾ ਠੀਕ ਹੈ ਨਾ ਉੱਥੇ ਇਹ ਨਹੀਂ ਕਹਿੰਦੇ ਹੁੰਦੇ ਅਸਪਤਾਰੇ ਨਹੀਂ ਉੱਥੇ ਉੱਥੇ ਅਤੰਦਰੇ ਲਿਖਾਉਣਾ ਠੀਕ ਹੈ ਜੀ ਨੈਕਸਟ ਆ ਗਿਆ ਜ ਆਪਣਾ ਅਸਪੀਰਾ ਪਾਲਵਰੇ ਇਲੈਕਟ੍ਰਿਕ ਝਾੜੂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਆਪਣੇ ਕਈ ਵੀਰਾਂ ਦੇ ਮੈਸੇਜ ਆਉਂਦੇ ਕਹਿੰਦੇ ਦੋ ਵਾਰੀ ਜੇਦਾ ਰਿਪੀਟ ਕਰੋ ਮੈਂ ਦੋ ਵਾਰੀ ਰਿਪੀਟ ਕਰ ਸਕਦਾ ਮੈਨੂੰ ਕੋਈ ਬਰੋਲ ਨਹੀਂ ਬਟ ਜਿਹੜੀ ਆਪਣੀ ਵੀਡੀਓ ਲੰਮੀ ਹੋਏ ਡਬਲ ਹੋਏ ਨਹੀਂ ਤੁਸੀਂ ਸਮਝ ਗਏ ਗੱਲ ਕਿ ਨਹੀਂ ਜੇ ਤੁਸੀਂ ਕਹਿੰਦੇ ਕਿ ਇਦਾਂ ਸਮਝ ਆਉਂਦੀ ਆ ਤਾਂ ਮੈਂ ਫਿਰ ਇਦਾਂ ਹੀ ਜਿੱਦਾਂ ਵੀਡੀਓ ਬਣਾਈ ਜਾਵਾਂਗਾ ਜੇ ਤੁਸੀਂ ਕਹਿੰਦੇ ਕਿ ਨਹੀਂ ਇੱਕ ਸ਼ਬਦ ਨੂੰ ਦੋ ਵਾਰ ਨਹੀਂ ਬੋਲੋ ਉਹ ਕਿਵੇਂ ਬੋਲਣਾ ਉਹ ਹੁਣ ਮੈਂ ਨੈਕਸਟ ਜਿੱਦਾਂ ਜਿਹੜੀ ਨੈਕਸਟ ਜਿਹੜੀ ਆਪਣੀ ਹੁਣ ਬੋਲਣ ਵਾਲੇ ਨੇ ਸ਼ਬਦਾ ਵਾਲੇ ਇਹਨਾਂ ਵਿੱਚ ਮੈਂ ਦੋ ਵਾਰ ਹੀ ਬੋਲੂੰਗਾ ਫਿਰ ਮੈਨੂੰ ਦੱਸਿਓ ਕਿ ਕਿਹੜੀ ਜਿੱਦਾਂ ਤੁਹਾਨੂੰ ਸਹੀ ਲੱਗੀ ਆ ਫਸਟ ਵਾਲੀ ਜਾਂ ਆ ਸੈਕੰਡ ਵਾਲੀ ਠੀਕ ਆ ਚਲੋ ਕਰਦੇ ਆਂ ਸਟ ਅਸੀਨੀਓ ਚੈੱਕ ਬੈਂਕ ਵਾਲਾ ਅਸੀਨਿਉ ਚੈੱਕ ਬੈਂਕ ਵਾਲਾ ਅਸੈਂਸਾ ਗੈਰਹਾਜ਼ਰ ਪਰ ਅਸੈਂਸਾ ਹੁੰਦਾ ਵਾ ਹਾਜ਼ਰ ਤੇ ਅਸੈਂਸਾ ਗੈਰਹਾਜ਼ਰ ਠੀਕ ਹੈ ਜੀ ਅਸੀ ਕੁਰਾਸੀਓਨੇ ਇਨਸ਼ੋਰਸ ਅਸੀ ਕੁਰਾਸੀਓਨੇ ਇਨਸ਼ੋਰੰਸ ਅਸੀਸਟੈਂਸਾ ਹੈਲਪਰ ਅਸੀਸਟੈਂਸਾ ਹੈਲਪਰ ਅਤਰਾਕਾਰੇ ਇਹ ਅਤਕਾਰੇ ਸੋਰੀ ਆਰ ਪੈ ਗਿਆ ਵਿੱਚ ਅਤਕਾਰੇ ਅਟੈਕ ਕਰਨਾ ਅਤੈਂਦਰੇ ਉਡੀ ਕਰਨੀ ਅਤੈਂਦਰੇ ਆ ਵੇਖੋ ਇੱਥੇ ਆ ਗਿਆ ਨਾ ਹੁਣ ਅਤੈਂਦਰੇ ਉਡੀ ਕਰਨੀ ਅਤਨਸਿਓ ਨੇ ਸਾਵਧਾਨ ਅਤਨਸਿਓ ਨੇ ਸਾਵਧਾਨ ਆਤੋਰੇ ਐਕਟਰ ਅਟੋਰ ਐਕਟਰ ਆਉਤੀਸਤਾ ਡਰਾਈਵਰ ਕੌਂਡੂਚਾਂਟ ਵੀ ਕਹ ਦਿੰਦੇ ਨੇ ਇਹਨੂੰ ਕਾਮਯੂਨਿਸਟਾ ਵੀ ਕਹ ਦਿੰਦੇ ਨੇ ਆਉਤੀਸਤਾ ਵੀ ਕਹ ਦਿੰਦੇ ਨੇ ਉਹ ਜੇ ਹੁਣ ਆਪਾਂ ਟਰੱਕ ਚੋਂ ਉਹਨੇ ਉਹਨੂੰ ਕਾਮਯੂਨਿਸਟਾ ਕਹਿੰਦੇ ਨੇ ਆਉਤੀਸਤਾ ਇਦਾਂ ਬੱਸ ਡਰਾਈਵਰ ਨੂੰ ਕਹ ਦਿੰਦੇ ਨੇ ਕੋਈ ਇਦਾਂ ਟੈਕਸੀ ਵਾਲਾ ਡਰਾਈਵਰ ਨੂੰ ਕਹਿੰਦੇ ਨੇ ਕੌਂਡੂਜਨ ਦੇ ਨਾਮ ਸਾਰਿਆਂ ਨੂੰ ਕਹ ਦਿੰਦੇ ਨੇ ਕੋਈ ਏਡੀ ਗੱਲ ਨਹੀਂ ਹੈਗੀ ਤੁਸੀਂ ਕੋਈ ਵੀ ਕਹ ਦੋਗੇ ਤੇ ਗੱਲ ਚੱਲੂਗੀ ਠੀਕ ਹੈ ਨੈਕਸਟ ਆ ਗਏ ਆਪਣਾ ਆਪ ਤੋਂ ਕਾਰ ਟਰੱਕ आओतो कार आओतो बूस बस आओतो बूस बस आओतों चतैरना टैंकर कोई पानी वाला टैंकर कोई गैस वाला कोई लिक्विड वाला कोई भी टैंकर जेड़ा होना उन्होंने अपना आउतों चतैरना कहना ठीक है जी आउतो ऑटोमैटिक, ऑटोमैटिको ਆਟੋਮੈਟਿਕ ਆਉਟੋ ਸਕੂਲਾ ਡਰਾਈਵਿੰਗ ਸਕੂਲ ਆਉਟੋ ਸਕੂਲਾ ਡਰਾਈਵਿੰਗ ਸਕੂਲ ਤੇ ਜੇ ਹੁਣ ਤੁਸੀਂ ਸਾਨੂੰ ਮੈਸੇਜ ਜਰੂਰ ਕਰੋ ਨਹੀਂ ਤੇ ਫਿਰ ਜਿਨ੍ਹਾਂ ਦੇ ਮੈਸੇਜ ਜ਼ਿਆਦਾ ਹੈ ਮੈਂ ਤੇ ਉਹਨਾਂ ਦੀ ਜਿੱਦਾਂ ਵੀ ਇਹ ਕਹਿ ਸਕਦੇ ਬਣਾਉਣੀ ਹੈ ਵੀਡੀਓ ਯਾਨੀ ਕਿ ਉਹਨਾਂ ਦੀ ਸਪਾਰਸੀ ਫਿਰ ਚੱਲੂਗੀ ਹੁਣ ਕਿਉਂਕਿ ਜੇ ਤੁਸੀਂ ਕਹੋਗੇ ਕਿ ਸਾਨੂੰ ਆ ਪਸੰਦ ਆ ਤਾਂ ਬਰ ਤੁਸੀਂ ਦੱਸਿਆਣਾ ਤੇ ਫਿਰ ਆਪਾਂ ਤੇ ਜਿੱਦਾਂ ਵੀ ਡਬਲ ਹੀ ਚੱਲੂਗਾ ਕੰਮ ਤੇ ਜੇ ਤੁਸੀਂ ਕਹੋਗੇ ਨਹੀਂ ਸਿੰਗਲ ਚੱਲੂਗਾ ਤਾਂ ਫਿਰ ਆਪਾਂ ਸਿੰਗਲ ਸਿੰਗਲ ਬੋਲ ਕੇ ਤੁਹਾਨੂੰ ਸਮਝਾਈ ਜਾਵਾਂਗੇ ਠੀਕ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਿੰਨੇ ਆਪਣੀਆਂ ਵੋਟਾਂ ਜ਼ਿਆਦੀਆਂ ਹੋਣਗੀਆਂ ਉਨਾ ਹੀ ਉਸੇ ਤਰੀਕੇ ਦੇ ਨਾਲ ਹੀ ਆਪਾਂ ਚੱਲਣਾ ਹੈ ਜੀ ਠੀਕ ਹੈ ਜੀ ਸੌਰੀ ਇਹਦੇ ਵਾਸਤੇ ਕਿਉਂਕਿ ਜੇ ਆਪਾਂ ਜਾਦੇ ਬੰਦੇ ਕਹਿਣਗੇ ਕਿ ਡਬਲ ਜਿੱਦਾਂ ਡਬਲ ਬੋਲ ਕੇ ਤੁਸੀਂ ਦੱਸੋ ਤਾਂ ਫਿਰ ਆਪਾਂ ਡਬਲ ਹੀ ਬਣਾਉਣੀ ਵੀਡੀਓ ਠੀਕ ਹੈ ਜੀ ਮੇਰਾ ਕੋਈ ਜ਼ੋਰ ਨਹੀਂ ਲੱਗਦਾ ਜਿੱਥੇ ਇੰਨਾ ਕੁਝ ਕਰਨ ਦੇ ਉੱਥੇ ਆਪਾਂ ਡਬਲ ਬੋਲ ਦਾਂਗੇ ਡੋਂਟ ਵਰੀ ਕੋਈ ਪ੍ਰੋਬਲਮ ਬਸ ਸਮਝ ਪੈਣੀ ਚਾਹੀਦੀ ਹੈ ਤੇ ਚਲੋ ਫਿਰ ਆਪਾਂ ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਸਸਤਿ ਗਾਜੀ ਮਿਹਰਬਾਨੀ